ਸ਼ਮੀਲ ਜੀ, ਮੇਰਾ ਇਹ ਮੰਨਣਾ ਹੈ ਕਿ ਮੈਂ ਕਦੇ ਲਿਖਿਆ ਵੀ ਸੀ ਇਹ ਦੋ ਲੈਣਾ ਕਿ ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ। ਇਹ ਪੰਜਾਬੀ ਗੀਤਾਂ ਨੇ ਇਕੱਲੇ ਪੰਜਾਬੀਆਂ ਨੂੰ ਹੀ ਕਿਉਂ, ਦੁਨੀਆ ਭਰ ਨੂੰ ਮਗਰ ਲਾ ਲਿਆ ਉਲਟਾ। ਅੱਜ ਜਿਨ੍ਹਾਂ ਨੂੰ ਸਾਡੀ ਬੋਲੀ ਨਹੀਂ ਸਮਝ ਆਉਂਦੀ, ਉਹ ਵੀ ਸਾਡੀ ਬੀਟ 'ਤੇ ਨੱਚਦੇ ਨੇ, ਉਹ ਵੀ ਸਾਡੇ ਥੀਮ ਦੇ ਉੱਤੇ। ਮਤਲਬ ਭਾਰਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਆਪਾਂ ਜੀ ਕਿ ਕੋਈ ਵੀ ਵਿਆਹ ਪੂਰਾ ਹੁੰਦਾ ਹੋਊਗਾ ਪੰਜਾਬੀ ਗੀਤਾਂ ਤੋਂ ਬਿਨਾਂ। ਇਹ ਮੰਨਿਆ ਜਾਂਦਾ ਕਿ ਜਦੋਂ ਬ੍ਰਿਟਿਸ਼ ਰਾਜ ਸੀ, ਉਹਨਾਂ ਨੇ ਜੋ ਪੂਰਾ ਇੱਕ ਇਹ ਪ੍ਰੋਜੈਕਟ ਡਿਵੈਲਪ ਕੀਤਾ ਡਿਵਾਈਡ ਐਂਡ ਰੂਲ ਦਾ, ਜਿਹਦੇ ਤਹਿਤ ਬਹੁਤ ਲੌਂਗ ਟਰਮ ਸਟਰੈਟਜੀਜ਼ ਬਣਾਈਆਂ ਗਈਆਂ ਕਿ ਇੰਡੀਅਨ ਜੋ ਸਮਾਜ ਸੀ ਉਸ ਵੇਲੇ ਦਾ, ਉਹਨੂੰ ਕਿਵੇਂ ਡਿਵਾਈਡ ਕਰਨਾ ਰਿਲੀਜਨ ਦੇ ਬੇਸ ਦੇ ਉੱਤੇ ਅਤੇ ਹੋਰ ਬਹੁਤ ਸਾਰੇ ਇਸ਼ੂ ਦੇ ਉੱਤੇ। ਅਤੇ ਕੁਛ ਲੋਕਾਂ ਦਾ ਤਾਂ ਇਹ ਵੀ ਮੰਨਣਾ ਕਿ ਜਿਹੜੀਆਂ ਇਹ ਸੋ ਕਾਲਡ ਸਾਡੀਆਂ ਧਾਰਮਿਕ ਜਾਗਰਤੀ ਲਹਿਰਾਂ ਸੀ, ਉਹ ਵੀ ਅਸਲ ਦੇ ਵਿੱਚ ਜਿਹੜੇ ਬ੍ਰਿਟਿਸ਼ ਗੌਰਮੈਂਟ ਦੇ ਹੀ ਪ੍ਰੋਜੈਕਟ ਸੀਗੇ, ਜਿਨ੍ਹਾਂ ਦੇ ਵਿੱਚੋਂ ਹੀ ਮੁੜ ਕੇ ਫਿਰ ਜਿਹੜੀਆਂ ਫਨੈਟਿਕ ਲਹਿਰਾਂ ਪੈਦਾ ਹੋਈਆਂ, ਬਾਅਦ ਵਿੱਚ ਧਾਰਮਿਕ ਕੱਟੜਪੰਥੀ ਪੈਦਾ ਹੋਈ, ਜੋ ਕੁਛ ਵੀ ਡਿਵੀਜ਼ਨ ਅੱਜ ਅਸੀਂ ਨਜ਼ਰ ਆ ਰਹੇ। ਅਤੇ ਖੇਡਾ ਇਹਦਾ ਇੱਕ ਕੌਨਸੀਕੁਐਂਸ ਇਹ ਨਿਕਲਿਆ ਕਿ ਜਿਹੜਾ ਸਭ ਤੋਂ ਬੁਰਾ ਅਸਰ ਪਿਆ, ਜਿਹੜਾ ਕਿ ਦੁਨੀਆ ਦੇ ਹੋਰ ਹਿੱਸਿਆਂ ਜਾਂ ਈਵਨ ਇੰਡੀਅਨ ਸਬ ਕੌਂਟੀਨੈਂਟ ਦੇ ਬਾਕੀ ਹਿੱਸਿਆਂ 'ਚ ਵੀ ਅਸੀਂ ਨਹੀਂ ਦੇਖਦੇ, ਉਹ ਪਿਆ ਪੰਜਾਬ ਦੇ ਉੱਤੇ ਕਿ ਪੰਜਾਬੀ ਲੈਂਗੁਏਜ ਨੂੰ ਵੀ ਰਿਲੀਜਨ ਦੇ ਆਧਾਰ ਦੇ ਉੱਤੇ ਵੰਡ ਦਿੱਤਾ ਗਿਆ। ਇਹ ਪ੍ਰੋਬਲਮ ਸਾਨੂੰ ਯੂਰਪ 'ਚ ਜਾਂ ਕਿਸੇ ਹੋਰ ਦੁਨੀਆ ਦੇ ਹਿੱਸੇ 'ਚ ਨਜ਼ਰ ਨਹੀਂ ਆਏਗੀ, ਈਵਨ ਸਾਨੂੰ ਇੰਡੀਆ ਦੇ ਵੀ ਹੋਰ ਕਿਸੇ ਹਿੱਸੇ 'ਚ, ਸਾਊਥ ਇੰਡੀਆ 'ਚ ਜਾਂ ਈਸਟਰਨ ਇੰਡੀਆ ਜਾਂ ਹੋਰ ਥਾਵਾਂ 'ਤੇ ਨਜ਼ਰ ਨਹੀਂ ਆਏਗੀ। ਇਹ ਪੰਜਾਬ ਦੀ ਯੂਨੀਕ ਪ੍ਰੋਬਲਮ ਬਣੀ ਕਿ ਜਿੱਥੇ ਪੰਜਾਬ ਵੀ ਪੰਜਾਬੀ ਲੈਂਗੁਏਜ ਰਿਲੀਜਨ ਦੇ ਆਧਾਰ ਦੇ ਉੱਤੇ ਵੰਡੀ ਗਈ, ਔਰ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅਤੇ ਪਰ ਹੁਣ ਹੌਲੀ ਹੌਲੀ ਇਸ ਚੀਜ਼ 'ਚੋਂ ਪੰਜਾਬ ਨੇ ਨਿਕਲਣਾ ਸ਼ੁਰੂ ਕੀਤਾ। ਇਹਦੇ ਬਾਰੇ ਜੋ ਸਿਚੁਏਸ਼ਨ 40 ਸਾਲ ਪਹਿਲਾਂ ਸੀ ਜਾਂ 50 ਸਾਲ ਪਹਿਲਾਂ ਸੀ ਜਾਂ ਈਵਨ 30 ਸਾਲ ਪਹਿਲਾਂ ਸੀ, ਉਹਦੇ ਨਾਲੋਂ ਅਸੀਂ ਬਹੁਤ ਅੱਗੇ ਆ ਗਏ। ਅਤੇ ਇਹਦੇ 'ਚ ਜੋ ਇਹ ਚੇਂਜਸ ਆਈਆਂ ਨੇ, ਇਹ ਕਿਵੇਂ ਆਈਆਂ ਨੇ, ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਅੱਜ ਬੜੇ ਖਾਸ ਮਹਿਮਾਨ ਨੇ ਜਿਹੜੇ ਇੰਡੀਆ ਤੋਂ ਆਏ ਹੋਏ ਨੇ, ਵਿਜ਼ਿਟ ਕਰ ਰਹੇ ਨੇ। ਅਤੇ ਪੰਜਾਬੀ ਰਾਈਟਰ ਨੇ, ਲੈਂਗੁਏਜ ਐਕਟਿਵਿਸਟ ਨੇ, ਸੋਸ਼ਲ ਕਮਿਊਨਿਟੀ ਐਕਟਿਵਿਸਟ ਨੇ, ਅਤੇ ਮੀਡੀਆ 'ਚ ਫਰੀਲਾਂਸ ਜਰਨਲਿਸਟ ਨੇ, ਮੀਡੀਆ 'ਚ ਕਮੈਂਟੇਟਰ ਨੇ, ਅਤੇ ਔਰ ਪਿਛਲੇ ਟਾਈਮ 'ਚ ਖਾਸ ਕਰਕੇ ਕਿਸਾਨ ਅੰਦੋਲਨ ਦੌਰਾਨ ਵੀ ਬੜਾ ਹੀ ਸਰਗਰਮ ਰੋਲ ਇਹਨਾਂ ਦਾ ਰਿਹਾ। ਦੀਪਕ ਸ਼ਰਮਾ ਚਰਨਾਰਥਲ ਸਾਡੇ ਆਪਣੇ ਅਜੀਜ਼ ਨੇ, ਸਾਡੇ ਨਾਲ ਸਟੂਡੀਓ 'ਚ ਨੇ। ਦੀਪਕ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਭਾਅ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਜਿੰਨੇ ਸਾਨੂੰ ਸੁਣ ਰਹੇ ਨੇ ਕਿਤੇ ਵੀ, ਉਹਨਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਔਰ ਸ਼ਮੀਲ ਜੀ, ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਕਿ ਤੁਸੀਂ ਇੰਨੇ ਪਿਆਰੇ ਸਰੋਤਿਆਂ ਨਾਲ ਮੇਰੀ ਸਾਂਝ ਪਵਾ ਰਹੇ ਹੋ। ਅਤੇ ਇਹ ਜਿਹੜਾ ਇਸ਼ੂ ਹੈ, ਇਹ ਮਤਲਬ ਇਹਦਾ ਖੈਰ ਨੁਕਸਾਨ ਹੋਇਆ, ਜੋ ਇਹਦੀ ਬੈਕਗਰਾਊਂਡ ਅਸੀਂ ਉਹਦੇ 'ਚ ਨਹੀਂ ਜਾਵਾਂਗੇ ਹੁਣ, ਉਹਦੇ ਬਾਰੇ ਬਹੁਤ ਗੱਲਾਂ ਹੋ ਚੁੱਕੀਆਂ ਨੇ। ਬਹੁਤ ਸਾਰਿਆਂ ਦਾ ਤਾਂ ਮਾਇੰਡ ਸਟੱਕ ਹੋਇਆ, ਉਹਨਾਂ ਨੂੰ ਹੁਣ ਪਤਾ ਹੀ ਨਹੀਂ ਹੈ ਕਿ ਸਿਚੁਏਸ਼ਨ ਬਦਲ ਗਈ ਹੈ। ਸੋ ਸਾਡੀ ਅੱਜ ਦੀ ਗੱਲਬਾਤ ਦਾ ਫੋਕਸ ਅਸੀਂ ਇਹ ਰਹਿਣਾ ਕਿ ਹੁਣ ਸਿਚੁਏਸ਼ਨ ਕਿਵੇਂ ਬਦਲ ਗਈ ਹੈ ਪਿਛਲੇ ਸਾਲਾਂ 'ਚ। ਇਹ ਜਿਹੜੀ ਬਦਲੀ ਕਿਵੇਂ ਹੈ, ਇਹਦੇ ਬਹੁਤ ਸਾਰੇ ਕਾਰਨ ਨੇ। ਅਤੇ ਇੱਕ ਤਾਂ ਕਿਉਂਕਿ ਤੁਸੀਂ ਖੁਦ ਲੈਂਗੁਏਜ ਐਕਟਿਵਿਸਟ ਹੋ, ਇਹਦੇ ਬਾਰੇ ਤੁਸੀਂ ਚੰਡੀਗੜ੍ਹ 'ਚ ਪੰਜਾਬੀ ਦੇ ਦਰਜੇ ਨੂੰ ਲੈ ਕੇ ਜਾਂ ਹੋਰ ਥਾਵਾਂ ਦੇ ਉੱਤੇ ਪੰਜਾਬੀ ਨੂੰ ਜਿਹੜਾ ਅਫੀਸ਼ੀਅਲ ਸਟੈਟਸ ਹੈ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਅੰਦੋਲਨ ਚੱਲੇ, ਉਹਨਾਂ 'ਚ ਵੀ ਬੜਾ ਐਕਟਿਵ ਅਤੇ ਮੋਹਰੀ ਰੋਲ ਅਦਾ ਕੀਤਾ। ਅਤੇ ਥੋੜ੍ਹਾ ਜਿਹਾ ਇੱਕ ਤਾਂ ਅਪਡੇਟ ਕਰੋ ਕਿ ਕਿਵੇਂ ਇਹ ਸਿਚੁਏਸ਼ਨ ਤੁਹਾਨੂੰ ਹੁਣ ਬਦਲੀ ਹੋਈ ਨਜ਼ਰ ਆਉਂਦੀ ਹੈ ਜਦੋਂ ਤੁਸੀਂ ਪੰਜਾਬ 'ਚ ਕੰਮ ਕਰਦੇ ਹੋ, ਘੁੰਮਦੇ ਹੋ। ਬਿਲਕੁਲ ਸ਼ਮੀਲ ਜੀ, ਮੇਰਾ ਇਹ ਮੰਨਣਾ ਹੈ ਕਿ ਮੈਂ ਕਦੇ ਲਿਖਿਆ ਵੀ ਸੀ ਇਹ ਦੋ ਲੈਣਾ ਕਿ ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਜੜ੍ਹਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ, ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ। ਸੋ ਅੱਜ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ, ਕਿਹਾ ਪਿਛਲਾ ਦੌਰ ਸੀਗਾ ਕਿ ਸਾਨੂੰ ਧਰਮ ਦੇ ਨਾਂ 'ਤੇ ਲਿਆ ਕੇ ਵੰਡ ਕੇ ਖੜਾ ਕਰ ਦਿੱਤਾ, ਪਰ ਅੱਜ ਪੰਜਾਬ ਦੇ ਅੰਦਰ ਸਥਿਤੀ ਬਦਲੀ ਹੈ। ਉਹਦੇ ਵਿੱਚ ਚਾਹੇ ਸਾਡੀਆਂ ਸਮਾਜਿਕ ਜਥੇਬੰਦੀਆਂ ਦੀ ਭੂਮਿਕਾ ਹੋਵੇ, ਚਾਹੇ ਲੇਖਕ ਜਮਾਤ ਦੀ ਭੂਮਿਕਾ ਹੋਵੇ, ਚਾਹੇ ਪੱਤਰਕਾਰਾਂ ਦੀ ਭੂਮਿਕਾ ਹੋਵੇ, ਉਹਦੇ ਵਿੱਚ ਟੀਵੀ ਚੈਨਲ ਦੀ ਭੂਮਿਕਾ ਹੋਵੇ, ਸੋਸ਼ਲ ਮੀਡੀਆ ਦੀ ਭੂਮਿਕਾ ਹੋਵੇ, ਜਾਂ ਖੁਦ ਮੁਖਤਿਆਰ ਲੋਕਾਂ ਨੂੰ ਇਹ ਚੇਤਨਤਾ ਆਈ ਹੈ ਕਿ ਨਹੀਂ, ਸਾਨੂੰ ਆਪਣੀ ਮਿੱਟੀ ਦੇ ਹਾਣ ਦੇ ਹੋ ਕੇ, ਉਸ ਬੋਲੀ ਦੇ ਹਾਣ ਦੇ ਹੋ ਕੇ ਵਿਚਰਨਾ ਪਊਗਾ, ਇਹ ਵਰਤਾਰਾ ਦਿਖਦਾ। ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਦੇ ਸਰਕਾਰੀ ਫੈਸਲੇ ਆ ਰਹੇ ਨੇ, ਉਹ ਅਜੇ ਵੀ ਉੱਥੇ ਹੀ ਖੜ੍ਹੇ ਨੇ, ਅਤੇ ਪਰ ਉਹਦੇ ਖਿਲਾਫ਼ ਆਵਾਜ਼ ਸਾਂਝੀ ਉੱਠਦੀ ਆ ਹੁਣ ਪੰਜਾਬ 'ਚੋਂ। ਸੋ ਲਗਾਤਾਰ ਅੰਗਰੇਜ਼ੀ ਨੂੰ ਅੱਗੇ ਲਿਆਉਣ ਦੀ ਕਵਾਇਦ, ਇਹਦਾ ਮਤਲਬ ਇਹ ਨਹੀਂ ਗਾ ਕਿ ਅਸੀਂ ਅੰਗਰੇਜ਼ੀ ਭਾਸ਼ਾ ਦੇ ਵਿਰੋਧੀ ਹਾਂ ਜਾਂ ਅਸੀਂ ਹਿੰਦੀ ਦੇ ਵਿਰੋਧੀ ਹਾਂ ਜਾਂ ਹੋਰ ਭਾਸ਼ਾਵਾਂ ਦੇ ਵਿਰੋਧੀ ਹਾਂ। ਉੱਥੇ ਇੱਕ ਗੱਲ ਤਾਂ ਇਹ ਵਰਤਾਰਾ ਸਾਫ਼ ਹੈ ਕਿ ਅੱਜ ਕੱਲ੍ਹ ਬੱਚੇ ਹਰ ਭਾਸ਼ਾ ਸਿੱਖ ਰਹੇ ਨੇ, ਖਾਸ ਕਰਕੇ ਅੰਗਰੇਜ਼ੀ ਨੂੰ ਮੋਹਰੀ ਭਾਸ਼ਾ ਵਜੋਂ ਵੀ ਸਿੱਖੀ ਜਾਂਦੇ ਨੇ, ਪਰ ਉਹਦੇ ਬਾਵਜੂਦ ਵੀ ਪੰਜਾਬੀ ਨਾਲ ਜੁੜਨ ਦੀ ਕਵਾਇਦ ਹੁਣ ਵਧੀ ਹੈ।
ਹਾਂ ਤੁਹਾਨੂੰ ਕਈ ਵਾਰ ਇਹ ਮਹਿਸੂਸ ਜ਼ਰੂਰ ਹੁੰਦਾ ਕਿ ਸ਼ਹਿਰਾਂ 'ਚ ਆ ਕੇ ਬੱਚੇ ਹਿੰਦੀ ਬੋਲਣ ਲੱਗ ਗਏ ਜਾਂ ਸਕੂਲਾਂ ਦੇ ਵਿੱਚ ਜ਼ਬਰਦਸਤੀ ਬੁਲਾਈ ਜਾਂਦੀ ਹੈ। ਹਾਂ ਬਾਕੀ ਸਾਰੇ ਇੰਡੀਆ 'ਚ ਵੀ ਹੋ ਰਿਹਾ ਬਿਲਕੁਲ, ਪਰ ਉੱਥੇ ਪੰਜਾਬ ਦੇ ਅੰਦਰ ਹੁਣ ਜਦੋਂ ਅਸੀਂ ਬੋਰਡਾਂ ਦੀ ਗੱਲ ਕਰਦੇ ਹਾਂ, ਅਸੀਂ ਤਖਤੀਆਂ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਵੀ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਹ 'ਚ ਸੰਗਠਨ ਵੀ ਸਾਹਮਣੇ ਆਉਂਦੇ ਨੇ, ਉਹ 'ਚ ਤੁਹਾਡੇ ਸਾਡੇ ਵਰਗੇ ਕੁਝ ਲੋਕ ਵੀ ਆ ਕੇ ਸਾਹਮਣੇ। ਇਸ ਲਈ ਹੁਣ ਇਹ ਧਰਮ ਵਾਲਾ ਬੈਰੀਅਰ ਤਾਂ ਟੁੱਟ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਖਾਸ ਕਰਕੇ ਜਿਵੇਂ ਤੁਸੀਂ ਕਿਸਾਨ ਅੰਦੋਲਨ ਦਾ ਜ਼ਿਕਰ ਕਰ ਰਹੇ ਸੀ, ਮੈਂ ਉਸ ਥਾਂ 'ਤੇ ਵੀ ਬੈਠ ਕੇ ਦੇਖਿਆ ਕਿ ਸਾਰਾ ਪੰਜਾਬ ਉੱਠ ਗਿਆ ਹੈ। ਹਾਂ, ਜਿਹੜੀ ਧਰਮ ਵਾਲਾ ਮਾਮਲਾ ਹੈਗਾ, ਇਹ ਅਜੇ ਵੀ ਧਾਰਨਾ ਬਹੁਤ ਵੱਡੀ ਬਣ ਗਈ ਆ ਸਾਡੇ ਮਨਾਂ 'ਚ ਕਿ ਜੀ ਪੰਜਾਬੀ ਤਾਂ ਸਿੱਖਾਂ ਦੀ ਭਾਸ਼ਾ, ਹਿੰਦੂ ਤਾਂ ਹਿੰਦੀ ਭਾਸ਼ਾ ਬੋਲਦੇ ਨੇ, ਹੈ ਨਾ, ਮੁਸਲਮਾਨ ਤਾਂ ਉਰਦੂ ਨਾਲ ਜੁੜੇ ਨੇ, ਹੈ, ਈਸਾਈ ਤਾਂ ਫਾਰਸੀ ਹੁੰਦੇ ਨੇ, ਹੈ ਨਾ। ਸੋ ਇਹ ਧਾਰਨਾਵਾਂ ਨੇ ਜਿਹੜੀਆਂ, ਇਹਨਾਂ ਨੂੰ ਅੱਜ ਦੇ ਦੌਰ 'ਚ ਜਦੋਂ ਧਰਾਤਲ 'ਤੇ ਉਤਰ ਕੇ ਦੇਖਦੇ ਹੋ ਤਾਂ ਪੰਜਾਬ ਦੇ ਵਿੱਚ ਤੁਸੀਂ ਹਿੰਦੂਆਂ ਨੂੰ ਵੀ ਉਸ ਇੱਕ ਖਾਤੇ 'ਚ ਨਹੀਂ ਪਾ ਸਕਦੇ, ਤੁਸੀਂ ਉੱਥੇ ਦੇ ਮੁਸਲਮਾਨ ਭਾਈਚਾਰੇ ਨੂੰ ਤੁਸੀਂ। ਔਰ ਵੈਸੇ ਵੀ ਦੇਖੋ, ਬੜੀ ਬੇਵਕੂਫਾਂ ਵਾਲੀ ਗੱਲ ਇਹ ਕਿ ਬੰਗਾਲ 'ਚ ਥੋੜ੍ਹਾ ਕੋਈ ਇੱਦਾਂ ਕਹਿੰਦਾ ਕਿ ਵੀ ਇਹ ਕੋਈ ਰਿਲੀਜਨ ਦੇ ਬੇਸ 'ਤੇ ਬੰਗਾਲੀ ਵੰਡੀ ਹੈ, ਜਾਂ ਤਮਿਲ ਜਾਂ ਤੈਲਗੂ ਜਾਂ ਮਲਿਆਲਮ ਜਾਂ ਮਰਾਠੀ ਜਾਂ ਗੁਜਰਾਤੀ, ਫਿਰ ਗੁਜਰਾਤੀ ਵੀ ਗੁਜਰਾਤੀ ਨਾ ਬੋਲਣ, ਫਿਰ ਤਾਂ ਫਿਰ ਉਸ ਨਹੀਂ ਹੈ ਨਾ। ਪਹਿਲੀ ਗੱਲ ਤਾਂ ਇਹ ਹੈ ਸ਼ਮਿਲ ਜੀ ਕਿ ਜਿਹੜੀ ਭਾਸ਼ਾ ਹੁੰਦੀ ਉਹ ਕਦੇ ਵੀ ਕਿਸੇ ਧਰਮ ਜਾਂ ਜਾਤ ਦੀ ਨਹੀਂ ਹੁੰਦੀ, ਭਾਸ਼ਾ ਇਲਾਕੇ ਦੀ ਖਿੱਤੇ ਦੀ ਉਸ ਮਿੱਟੀ ਦੀ ਹੁੰਦੀ ਹੈ। ਔਰ ਜਿਹੜਾ ਜੇ ਪੰਜਾਬ 'ਚ ਜਿਹੜਾ ਵੀ ਜਨਮੇ ਉਹ ਜਿਹੜੇ ਮਰਜ਼ੀ ਧਰਮ ਜਾਤ ਦਾ ਹੋਵੇ ਉਹਦੀ ਬੋਲੀ ਪੰਜਾਬੀ ਹੈ। ਪਰ ਇਹ ਸਵਾਲ ਆਇਆ ਕਿੱਥੋਂ, ਵੱਡਾ ਗੱਲ ਤਾਂ ਇਹ ਸੀ ਨਾ, ਇਹ ਸਵਾਲ ਅਸਲ ਦੇ ਵਿੱਚ ਤਾਂ ਜਦੋਂ ਪੰਜਾਬ ਹਰਿਆਣੇ ਦੀ ਵੰਡ ਹੁੰਦੀ ਹੈ 1966 ਦੇ ਵਿੱਚ ਜਦੋਂ ਆਉਂਦੀ ਹੈ, ਉਸ ਸਮੇਂ ਦੇ ਦੌਰ ਤੋਂ ਇੱਕ ਚਰਚਾ ਚੱਲੀ ਨਾ ਕਿ ਪੰਜਾਬ ਦੇ ਹਿੰਦੂਆਂ ਨੇ ਜੀ ਆਪਣੀ ਭਾਸ਼ਾ ਹਿੰਦੀ ਲਿਖਾਤੀ। ਕਿਸਾਨ ਅੰਦੋਲਨ ਦੇ ਦੌਰਾਨ ਬਲਵੀਰ ਸਿੰਘ ਰਾਜੇਵਾਲ ਨੇ ਇਹ ਗੱਲ ਸਾਂਝੀ ਕੀਤੀ, ਉਹ ਕਹਿੰਦੇ ਕਿ ਹਰਿਆਣਾ ਦਾ ਇੱਕ ਮੈਨੂੰ ਮੁਲਾਜ਼ਮ ਮਿਲਿਆ ਜਿਹੜਾ ਰਿਟਾਇਰਡ ਅਧਿਕਾਰੀ ਹੈ, ਉਹ ਕਹਿੰਦਾ ਜੀ ਉਸ ਸਮੇਂ ਦੇ ਸਿਆਸਤਦਾਨਾਂ ਨੇ ਸਾਡੇ ਦਫ਼ਤਰਾਂ 'ਚ ਆ ਕੇ ਉਹ ਫਾਰਮ ਫੜ ਕੇ ਆਪਣੇ ਹੱਥੀਂ ਭਰੇ ਨੇ ਕਿ ਇਹਨਾਂ ਦੀ ਸਾਰਿਆਂ ਦੀ ਭਾਸ਼ਾ ਹਿੰਦੀ ਕਰੋ। ਇਹਦਾ ਮਤਲਬ ਕੋਈ ਸਿਆਸਤ ਵੀ ਚੱਲੀ ਹੈ, ਹੈ ਨਾ। ਅਤੇ ਦੂਸਰੇ ਪਾਸੇ ਜਦੋਂ ਤੁਸੀਂ ਪੰਜਾਬ ਦੀ ਗੱਲ ਜ਼ਿਕਰ ਕਰਦੇ ਹੋ ਤਾਂ ਮੈਂ ਇਹਦੇ ਵਿੱਚ ਇੱਕ ਹੋਰ ਪਹਿਲੂ ਦੇਖਦਾ। ਪਿਛਲੇ ਦੌਰ ਤੋਂ ਝਾਤ ਮਾਰਦੇ ਆਓ ਕਿ ਹਾਂ, ਮਤਲਬ ਕਿ ਚਾਹੇ ਉਹ ਲੇਖਕ ਜਮਾਤ ਹੈ ਚਾਹੇ ਉਹ ਸਿਆਸਤਦਾਨ ਜਮਾਤ ਹੈ, ਉਹਦੇ ਵਿੱਚ ਸਾਰੇ ਭਾਈਚਾਰਿਆਂ ਦਾ ਬਰਾਬਰ ਸਥਾਨ ਰਿਹਾ। ਅਤੇ ਇਸ ਲਈ ਆਪਾਂ ਇਹ ਕਿਵੇਂ ਕਹਿ ਸਕਦੇ, ਹਾਂ ਸਿਆਸਤਦਾਨਾਂ ਨੂੰ ਇਹ ਸੂਟ ਕਰਦਾ ਭਾਅ ਜੀ, ਅੱਜ ਵੀ ਸੂਟ ਕਰਦਾ। ਉੱਥੇ ਉਹ ਇਹ ਜਚਾਉਣਾ ਚਾਹੁੰਦੇ ਨੇ ਕਿ ਪੰਜਾਬੀ ਤਾਂ ਸਿਰਫ ਸਿੱਖਾਂ ਦੀ ਭਾਸ਼ਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਸਮਝੋ ਕਿ ਜਿਹੜੇ ਘੱਟ ਗਿਣਤੀ ਭਾਈਚਾਰੇ ਖਿਲਾਫ਼ ਉੱਥੇ ਇੱਕ ਤਰ੍ਹਾਂ ਦੀ ਮੁਹਿੰਮ ਚੱਲਦੀ ਹੈ ਨਾ, ਸਰਕਾਰੀ ਏਜੰਡਾ ਚੱਲਦਾ, ਉਹਨੂੰ ਫਾਇਦਾ ਹੁੰਦਾ ਇਸ ਚੀਜ਼ ਨਾਲ ਕਿ ਉਹ ਪਹਿਲਾਂ ਹੀ ਜਚਾ ਦੇਣ ਕਿ ਤਾਂ ਸਿਰਫ ਸਿੱਖਾਂ ਦੀ ਭਾਸ਼ਾ, ਉਹਦੇ ਨਾਲ ਹਿੰਦੂਆਂ ਨੂੰ ਅੱਡ ਆਪਣੀ ਝੋਲੀ 'ਚ ਪਾ ਲਓ, ਅਤੇ ਦੂਸਰੇ ਪਾਸੇ ਉਹਨਾਂ ਭਾਈਚਾਰੇ ਨੂੰ ਜਦੋਂ ਕੱਲ੍ਹ ਨੂੰ ਕੰਟਰੋਲ ਕਰਨਾ ਹੋਵੇ ਤਾਂ ਥੋੜ੍ਹੀ ਗਿਣਤੀ 'ਚ ਹੋਣ। ਸੋ ਪਰ ਪੰਜਾਬ 'ਚ ਹੁਣ ਇਹੋ ਜਿਹਾ ਨਹੀਂ ਹੈ, ਪੰਜਾਬ 'ਚ ਇਹ ਬੈਰੀਅਰ ਟੁੱਟ ਚੁੱਕਿਆ ਅਤੇ ਸਾਰੇ ਲੋਕ ਮਤਲਬ ਕਿ ਇਸ ਬੋਲੀ ਨੂੰ ਅਪਣਾ ਵੀ ਚੁੱਕੇ ਨੇ। ਔਰ ਜਿਨ੍ਹਾਂ ਨੇ ਉਹ ਲਿਖਾਉਣ ਵਾਲਾ ਹਿੱਲਾ ਸੀਗਾ, ਉਹ ਪਿਛਲੀ ਉਹਦੇ ਵਿੱਚ ਗਿਣਤੀ 'ਚ ਆਇਆ ਕਿ ਉਹਦੇ ਵਿੱਚ ਸਾਰਿਆਂ ਨੇ 90% ਪੰਜਾਬ ਨੇ ਇੱਕੋ ਪਾਸੇ ਹੋ ਕੇ ਆਪਣੀ ਬੋਲੀ ਲਿਖਾਈ ਹੈ। ਦੀਪਕ, ਜਿਵੇਂ ਆਪਾਂ ਗੱਲ ਕਰ ਰਹੇ ਸੀ ਜੀ ਭਾਅ ਜੀ ਕਿ ਇਹ ਜਿਹੜੀ ਚੇਂਜ ਆਈ ਹੈ, ਚੇਂਜ ਬਹੁਤ ਸਾਰੇ ਕਾਰਨਾਂ ਕਰਕੇ ਆਈ, ਇੱਕ ਤਾਂ ਅਵੇਅਰਨੈਸ ਦਾ ਤੁਸੀਂ ਦੱਸਿਆ ਕਾਰਨ, ਇੱਕ ਮੈਂ ਸਮਝਦਾ ਕਿ ਜਿਹੜੀ ਸਾਡੀ ਐਂਟਰਟੇਨਮੈਂਟ ਇੰਡਸਟਰੀ ਹੈ ਉਹਦੀਆਂ ਕੁਝ ਬੁਰੀਆਂ ਚੀਜ਼ਾਂ ਨੇ, ਉਹਨਾਂ ਨੂੰ ਉਹ ਅਲੱਗ ਚੀਜ਼ ਹੈ, ਉਹਨੂੰ ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ ਬਿਲਕੁਲ, ਪਰ ਜਿਹਦੇ 'ਚ ਪੰਜਾਬੀ ਮਿਊਜ਼ਿਕ ਵੀ ਹੈ ਬਿਲਕੁਲ, ਉਹਦੇ ਪਰ ਇੱਕ ਪੋਜ਼ਿਟਿਵ ਸਾਈਡ ਇਹ ਹੈ ਕਿ ਉਹਨੇ ਨਵੀਂ ਜਨਰੇਸ਼ਨ 'ਚ ਆਪਣੀ ਲੈਂਗੁਏਜ ਨੂੰ ਲੈ ਕੇ ਇੱਕ ਕੌਨਫੀਡੈਂਸ ਪੈਦਾ ਕੀਤਾ, ਹੈ ਨਾ। ਕਿਉਂਕਿ ਜਿਹੜਾ ਕਲੋਨੀਅਲ ਏਜੰਡਾ ਸੀ ਉਹ ਇਹ ਹੁੰਦਾ ਹੈ ਕਿ ਤੁਹਾਨੂੰ ਆਪਣੇ ਕਲਚਰ ਬਾਰੇ, ਆਪਣੇ ਰਿਲੀਜਨ ਬਾਰੇ, ਆਪਣੇ ਕੰਟਰੀ ਬਾਰੇ ਇੱਕ ਕੰਪਲੈਕਸ ਪੈਦਾ ਕਰ ਦਿਓ ਬਿਲਕੁਲ, ਮਤਲਬ ਬਾਵਜੂਦ ਇਹਦੇ ਕਿ ਜਿਹੜੀ ਇੰਡੀਅਨ ਸਿਵਿਲਾਈਜੇਸ਼ਨ ਹੈ, ਜਿਹੜੇ ਹਮਲਾਵਰ ਸੀ ਉਹਨਾਂ ਨਾਲੋਂ ਕਿਤੇ ਜ਼ਿਆਦਾ ਸਿਵਿਲਾਈਜ਼ਡ ਅਤੇ ਰਿਚ ਸਿਵਿਲਾਈਜੇਸ਼ਨ ਸੀ, ਪਰ ਐਸਾ ਕੀਤਾ ਗਿਆ ਕਿ ਆਪਣੇ ਕਲਚਰ ਬਾਰੇ ਕੰਪਲੈਕਸ ਪੈਦਾ ਹੋ ਗਿਆ। ਸੋ ਇਹੀ ਚੀਜ਼ ਅਸੀਂ ਲੈਂਗੁਏਜ ਬਾਰੇ ਦੇਖਦੇ ਹਾਂ, ਅਤੇ ਜਿਸ ਲੈਂਗੁਏਜ ਦੇ ਵਿੱਚ ਗੁਰਬਾਣੀ ਹੈ, ਜਿਸ ਲੈਂਗੁਏਜ ਦੇ ਵਿੱਚ ਸੂਫੀ ਨੇ, ਜਿਸ ਲੈਂਗੁਏਜ ਹੋਰ ਬਹੁਤ ਕੁਛ, ਉਹ ਉਸ ਲੈਂਗੁਏਜ ਨੂੰ ਲੈ ਕੇ ਕੰਪਲੈਕਸ ਹੋ ਗਿਆ ਲੋਕਾਂ ਨੂੰ, ਅਤੇ ਉਹ ਕੰਪਲੈਕਸ ਦੂਰ ਕਰਨ 'ਚ ਮਿਊਜ਼ਿਕ ਇੰਡਸਟਰੀ ਦਾ ਅਤੇ ਐਂਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਹੈ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਭਾਅ ਜੀ ਕਿ ਅਸੀਂ ਜੇਕਰ ਆਪਣੀ ਬੋਲੀ ਤੋਂ ਟੁੱਟੇ ਤਾਂ ਅਸੀਂ ਤਾਂ ਮਤਲਬ ਗੁਰਬਾਣੀ ਤੋਂ ਵੀ ਟੁੱਟ ਜਾਵਾਂਗੇ, ਅਸੀਂ ਬਾਣੀ ਤੋਂ ਵੀ ਟੁੱਟ ਜਾਵਾਂਗੇ, ਅਸੀਂ ਪੰਜਾਬ ਦੇ ਇਤਿਹਾਸ ਤੋਂ ਵੀ ਟੁੱਟ ਜਾਵਾਂਗੇ। ਤੁਸੀਂ ਹੋਰ ਭਾਸ਼ਾ 'ਚ ਆਪਣਾ ਇਤਿਹਾਸ ਪੜ੍ਹ ਕੇ ਉਹ ਅੰਦਰ ਜਜ਼ਬਾ ਥੋੜ੍ਹਾ ਲਿਆ ਸਕਦੇ ਹੋ, ਉਹ ਮਤਲਬ ਭਾਵ ਥੋੜ੍ਹਾ ਲਿਆ ਸਕਦੇ ਹੋ ਜੋ ਆਪਣੀ ਬੋਲੀ 'ਚ ਲਿਆ ਸਕਦੇ ਹੋ। ਔਰ ਇਸ ਲਈ ਇਹ ਇੱਕ ਤਰੀਕਾ ਬਹੁਤ ਵਧੀਆ ਹੁੰਦਾ ਕਿ ਤੁਹਾਨੂੰ ਇਹ ਜਚਾ ਦਿਓ ਕਿ ਤੁਹਾਡਾ ਸੱਭਿਆਚਾਰ, ਤੁਹਾਡੀ ਬੋਲੀ ਤਾਂ ਪਿਛੜੀ ਹੋਈ ਹੈ। ਸੋ ਇਹ ਮਨਾਂ 'ਚ ਭਾਵ ਪਾਇਆ ਗਿਆ, ਇੱਥੋਂ ਤੱਕ ਕਿ ਪਿਛਲੇ ਦੌਰ ਦੇ ਵਿੱਚ ਵੀ ਜਿਹੜੇ 'ਚ ਅਸੀਂ ਉੱਭਰ ਰਹੇ ਹਾਂ, ਉਸ ਦੌਰ ਦੇ ਵਿੱਚ ਵੀ ਸਾਡੀ ਵਿੱਦਿਅਕ ਸੰਸਥਾਵਾਂ ਨੇ ਇਹ 'ਚ ਅਹਿਮ ਭੂਮਿਕਾ ਨਿਭਾਈ ਕਿ ਜੇ ਪੰਜਾਬੀ ਬੋਲਦਾ ਜਵਾਕ ਜਮਾਤ 'ਚ ਜਾ ਕੇ, ਕਲਾਸ 'ਚ ਜਾ ਕੇ ਤਾਂ ਉਹਨੂੰ ਜਚਾਇਆ ਜਾਂਦਾ ਕਿ ਲੈ ਤੂੰ ਤਾਂ ਗਵਾਰ ਹੈ, ਮਤਲਬ ਇਸ ਨੂੰ ਗਵਾਰਾਂ ਦੀ, ਪੇਂਡੂਆਂ ਦੀ ਭਾਸ਼ਾ। ਅਤੇ ਮੈਂ ਤਾਂ ਅਕਸਰ ਪ੍ਰੋਗਰਾਮਾਂ 'ਚ ਵੀ ਇਸ ਗੱਲ ਦਾ ਜ਼ਿਕਰ ਕਰਦਾ ਕਿ ਭਾਈ ਮੈਨੂੰ ਤਾਂ ਫਿਰ ਗਵਾਰ ਹੋਣ 'ਤੇ ਮਾਣ ਹੈ,
ਮੈਨੂੰ ਤਾਂ ਆਪਣੇ ਪਿਛੜੇ ਹੋਣ 'ਤੇ ਵੀ ਮਾਣ, ਪਰ ਇਸ ਗੱਲ 'ਚੋਂ ਨਿਕਲ ਆਏ ਹਾਂ ਅਸੀਂ। ਬਿਲਕੁਲ, ਤੁਹਾਨੂੰ ਆਪਣੀ ਬੋਲੀ ਅਤੇ ਆਪਣੇ ਪਹਿਰਾਵੇ ਅਤੇ ਆਪਣੇ ਸੱਭਿਆਚਾਰ 'ਤੇ ਮਾਣ ਕਰਨਾ ਆਉਣਾ ਚਾਹੀਦਾ। ਔਰ ਜਿਵੇਂ ਤੁਸੀਂ ਗੱਲ ਕੀਤੀ, ਇਹ ਪੰਜਾਬੀ ਗੀਤਾਂ ਨੇ ਇਕੱਲੇ ਪੰਜਾਬੀਆਂ ਨੂੰ ਹੀ ਕਿਉਂ, ਦੁਨੀਆ ਭਰ ਨੂੰ ਮਗਰ ਲਾ ਲਿਆ ਉਲਟਾ। ਅੱਜ ਜਿਨ੍ਹਾਂ ਨੂੰ ਸਾਡੀ ਬੋਲੀ ਨਹੀਂ ਸਮਝ ਆਉਂਦੀ, ਉਹ ਵੀ ਸਾਡੀ ਬੀਟ 'ਤੇ ਨੱਚਦੇ ਨੇ, ਉਹ ਵੀ ਸਾਡੀ ਥੀਮ ਦੇ ਉੱਤੇ। ਮਤਲਬ ਭਾਰਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਭਾਅ ਜੀ ਕਿ ਕੋਈ ਵੀ ਵਿਆਹ ਪੂਰਾ ਹੁੰਦਾ ਹੋਊਗਾ ਪੰਜਾਬੀ ਗੀਤਾਂ ਤੋਂ ਬਿਨਾਂ। ਸੋ ਇਸ ਲਈ ਅੱਜ ਉਹਨਾਂ ਗੀਤਾਂ ਨੇ, ਮਤਲਬ ਕਿ ਚਾਹੇ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਮਤਲਬ ਉਸਾਰੂ ਗੀਤ ਵੀ ਸਾਹਮਣੇ ਆਏ, ਜਿਹੜੀ ਇਹ ਭੁਲੇਖਾ ਸੀਗਾ ਕਿ ਪੰਜਾਬੀ ਇੰਡਸਟਰੀ ਤਾਂ ਥਿਰਕ ਗਈ ਆ, ਉਹ ਟਰੈਕ ਤੋਂ ਉਤਰ ਗਈ ਆ, ਹੋਰ ਤਰ੍ਹਾਂ ਦੇ ਗੀਤ ਗਾਉਂਦੀ ਆ, ਉਸ ਨੂੰ ਵੀ ਮੋੜਾ ਦਿੱਤਾ। ਸੋ ਉਸ ਨੂੰ ਲੋਕਾਂ ਨੇ ਕਹਿੰਦੇ ਨੇ ਬਿਲਕੁਲ ਕਿ ਜਿਹੜਾ ਇਹ ਪੰਜਾਬੀ ਮਿਊਜ਼ਿਕ ਦੇ ਇੱਕ ਜਿਹੜੀ ਇਹ ਕੰਟਰੀਬਿਊਸ਼ਨ ਹੈ ਜਾਂ ਐਂਟਰਟੇਨਮੈਂਟ ਇੰਡਸਟਰੀ ਦੀ, ਇਹ ਤਾਂ ਜਿਹੜੀਆਂ ਇੰਡੀਆ ਦੀਆਂ ਦੂਸਰੀਆਂ ਲੈਂਗੁਏਜ ਵੀ ਲਰਨ ਕਰ ਸਕਦੀਆਂ। ਹਾਂਜੀ, ਕਿਉਂਕਿ ਇੰਡੀਆ ਦੀ ਜੇ ਇੰਪਾਵਰਮੈਂਟ ਹੋਣੀ ਹੈ ਤਾਂ ਇਹੀ ਹੈ ਕਿ ਲੋਕ ਆਪਣੀਆਂ ਲੈਂਗੁਏਜ ਆਪਣੇ ਕਲਚਰ ਬਾਰੇ ਕੌਨਫੀਡੈਂਟ ਮਹਿਸੂਸ ਕਰਨ। ਬਿਲਕੁਲ, ਅਤੇ ਪੰਜਾਬੀ ਮਿਊਜ਼ਿਕ ਦੀ ਇੱਕ ਖਾਸ ਜਿਹੜਾ ਉਹਦਾ ਜੇ ਉਹਨੂੰ ਦੇਖਣਾ ਹੋਵੇ ਉਹਦਾ ਕਿ ਜਿਹੜਾ ਕੌਨਫੀਡੈਂਸ ਹੈ ਆਪਣੇ ਆਪ 'ਤੇ ਉਹ ਬਹੁਤ ਵਧੀਆ, ਉਹ ਮਤਲਬ ਉਹਦਾ ਇੱਕ ਮੇਨ ਥੀਮ ਹੈ। ਹਾਂਜੀ, ਚਾਹੇ ਉਹ ਇੰਡੀਵਿਜੁਅਲ ਲੈਵਲ 'ਤੇ ਹੋਵੇ ਭਾਵੇਂ ਕਲਚਰ ਲੈਵਲ 'ਤੇ ਹੋਵੇ, ਅਤੇ ਇਹ ਜਿਹੜਾ ਕੌਨਫੀਡੈਂਸ ਹੈ ਸਾਰੀਆਂ ਲੈਂਗੁਏਜ ਨੂੰ ਲਰਨ ਕਰਨਾ ਚਾਹੀਦਾ। ਨਹੀਂ, ਤੁਸੀਂ ਵੈਸੇ ਵੀ ਤੁਸੀਂ ਇਹ ਝਾਤ ਮਾਰੋ ਕਿ ਸਾਡੀ ਜੇ ਕਲਾਕਾਰ ਜਮਾਤ ਦੀ ਆਪਾਂ ਗੱਲ ਕਰੀਏ, ਚਾਹੇ ਉਹ ਥੀਏਟਰ ਵਾਲੇ ਨੇ, ਚਾਹੇ ਉਹ ਗਾਇਕ ਵਾਲੇ ਨੇ, ਚਾਹੇ ਉਹ ਲੇਖਣੀ ਵਾਲੇ ਨੇ, ਹੈਂ ਚਾਹੇ ਉਹ ਮਤਲਬ ਕਵਿਤਾ ਕਹਾਣੀ ਵਾਲੇ ਨੇ, ਚਾਹੇ ਉਹ ਗੀਤ ਲਿਖਣ ਵਾਲੇ ਨੇ, ਉਹਨਾਂ ਸਾਰੀ ਜਮਾਤ ਦੇ ਵਿੱਚ ਝਾਤ ਮਾਰ ਕੇ ਦੇਖੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਦੌਰ 'ਚ ਅਸੀਂ ਕਦੋਂ ਧਿਆਨ ਰੱਖ ਕੇ ਸੁਣਿਆ ਕਿ ਕਿਹੜੀ ਜਾਤ ਦਾ, ਕਿਹੜੇ ਧਰਮ ਦਾ। ਆਪਣੇ ਮੁਸਲਿਮ ਭਾਈਚਾਰੇ 'ਚੋਂ ਕਿੰਨੇ ਲੇਖਕ ਜਨਮੇ ਨੇ, ਆਪਣੇ ਸਿੱਖ ਭਾਈਚਾਰੇ 'ਚੋਂ ਕਿੰਨੇ ਆਏ ਨੇ, ਹਿੰਦੂ ਭਾਈਚਾਰੇ 'ਚੋਂ ਕਿੰਨੇ ਆਏ ਨੇ। ਸੋ ਇਸ ਲਈ ਉਸ ਬੈਰੀਅਰ ਨੂੰ ਵੀ ਇਹਨਾਂ ਚੀਜ਼ਾਂ ਨੇ ਤੋੜਿਆ ਨਾ, ਤੋ ਇਹਦੇ ਉੱਤੇ ਮੈਨੂੰ ਲੱਗਦਾ ਕਿ ਇਸ ਮਾਮਲੇ 'ਚੋਂ ਪੰਜਾਬ ਖਾਸਾ ਗਾਂਹ ਵੱਧ ਗਿਆ, ਚਾਹੇ ਉਹ ਫਿਲਮੀ ਖੇਤਰ ਦੇ ਨਾਲ ਹੈ, ਚਾਹੇ ਉਹ ਲੇਖਣੀ ਦੇ ਨਾਲ ਹੈ। ਸੋ ਹੁਣ ਇਹ ਤਾਂ ਨਹੀਂ ਰਿਹਾ ਕਿ ਹਾਂ ਪੰਜਾਬੀ ਭਾਸ਼ਾ ਇੱਕ ਔਰ ਖਾਸ ਕਰਕੇ ਜਿਹੜਾ ਇਹ ਪਹਿਲੂ ਆਉਂਦਾ ਨਾ ਭਾਅ ਜੀ ਕਿ ਹਾਂ ਮੈਂ ਕੋਈ ਹਿੰਦੂ ਜਮਾਤ ਦਾ ਨੁਮਾਇੰਦਾ ਨਹੀਂ ਗਾ, ਮੈਂ ਤਾਂ ਪੱਤਰਕਾਰ ਹਾਂ, ਹੈ ਨਾ। ਅਤੇ ਪਰ ਇੱਥੇ ਸਾਡੇ ਕਿੰਨੇ ਹੀ ਬਣੇ ਫਿਰਦੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੁੱਠੇ ਸਿੱਧੇ ਬੋਲ ਕੇ ਉੱਥੇ ਪਾੜਾ ਵਧਾਉਂਦੇ ਨੇ, ਉਹ ਸਾਰੀਆਂ ਜਾਤਾਂ ਧਰਮਾਂ 'ਚ ਹੈਗੇ ਨੇ। ਅਤੇ ਇਹਦਾ ਮਤਲਬ ਇਹ ਥੋੜ੍ਹਾ ਕਿ ਉਹ ਕੌਮ ਨੇ, ਪੰਥ ਨੇ, ਸਮਾਜ ਨੇ ਜਾਂ ਧਰਮਾਂ ਨੇ ਥਾਪ 'ਤੇ ਕਿ ਸਾਡੇ ਨੁਮਾਇੰਦੇ ਨੇ, ਜਿਹੜੇ ਇਹੋ ਜਿਹੇ ਸਿੱਖ ਲੋਕ ਨੇ ਆਪੇ ਬਣੇ ਚੌਧਰੀ, ਹਾਂ ਆਪੇ ਬਣੇ ਚੌਧਰੀ ਨੇ, ਉਹ ਨੁਮਾਇੰਦੇ ਨਹੀਂ ਹਰ ਕਮਿਊਨਿਟੀ 'ਚ ਨੇ ਹੈਗੇ ਨੇ, ਇਹਨਾਂ ਦੀ ਤਾਂ ਖੈਰ ਚਲੋ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ, ਪਰ ਪੁੱਛਦਾ ਵੀ ਕੌਣ ਹੈ। ਨਹੀਂ, ਪਰ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਭਾਅ ਜੀ ਉਹ ਇਹ ਹੈ ਕਿ ਪੰਜਾਬ ਦੇ ਅੰਦਰ ਜੋ ਤੁਸੀਂ ਖਿੱਤਾਬਾਈ ਦੇਖੋਗੇ ਤਾਂ ਖਿੱਤਾਬਾਈ ਹਿਸਾਬ ਸਮਝ ਆਉਂਦਾ ਨਾ, ਜਿਹੜਾ ਮਾਲਵਾ ਖਿੱਤਾ ਹੈ ਉੱਥੇ ਤੁਸੀਂ ਪਛਾਣ ਹੀ ਨਹੀਂ ਸਕਦੇ ਕਿ ਕਿਹੜਾ ਕਿਹੜੀ ਜਾਤ ਦਾ, ਕਿਹੜੇ ਧਰਮ ਦਾ, ਕਿਹੜੇ ਪਿੰਡੋਂ ਹੈ, ਕਿਹੜੇ ਗਰਾਉਂ ਹੈ। ਉੱਥੇ ਸਾਰਾ ਕੁਛ ਸਾਂਝਾ ਉਹੋ ਜਿਹਾ ਹੀ, ਪਹਿਰਾਵਾ, ਬਾਣਾ, ਹੈ ਨਾ, ਬੋਲੀ, ਹੈ ਨਾ, ਦਿੱਖ। ਅਤੇ ਜੇਕਰ ਤੁਸੀਂ ਮਾਝੇ ਕੰਨੀ ਨੂੰ ਜਾਓਗੇ ਤਾਂ ਉੱਥੇ ਪਾੜਾ ਦਿਖਦਾ, ਹੈ ਨਾ। ਅਤੇ ਜੇਕਰ ਤੁਸੀਂ ਮਤਲਬ ਦੁਆਬੇ ਕੰਨੀ ਨੂੰ ਆ ਜਾਓਗੇ ਤਾਂ ਉੱਥੇ ਹੋਰ ਤਰ੍ਹਾਂ ਦਾ। ਹੋਰ ਦੂਸਰੀ ਗੱਲ ਵਪਾਰਕ ਤੌਰ 'ਤੇ ਸਮਝਿਆ ਜਾਂਦਾ ਕਿ ਜੀ ਅਸਲ 'ਚ ਜਿਹੜਾ ਪਹਿਲੂ ਆਇਆ ਉਹ ਪਹਿਲੂ ਆਇਆ ਕਿ ਪੰਜਾਬ ਦਾ ਹਿੰਦੂ ਪੰਜਾਬ ਦੇ ਮੁੱਦਿਆਂ 'ਤੇ ਨਹੀਂ ਬੋਲਦਾ ਜੀ, ਪੰਜਾਬ ਦੇ ਹਿੰਦੂ ਦਾ ਮਸਲਾ ਨਹੀਂ, ਮਸਲਾ ਵਪਾਰੀ ਦਾ। ਵਪਾਰੀ ਨੂੰ ਚਾਹੀਦੀ ਹੈ ਕਿ ਮੇਰੀ ਦੁਕਾਨ ਖੁੱਲ੍ਹੀ ਰਹੇ, ਉਹ ਨਹੀਂ ਚਾਹੁੰਦਾ ਕਿ ਕੋਈ ਧਰਨਾ ਲੱਗੇ, ਕੋਈ ਪ੍ਰਦਰਸ਼ਨ ਲੱਗੇ, ਕੋਈ ਪਹਿਲੂ ਹੋਵੇ ਨਾ। ਇਸ ਲਈ ਉਹ ਇਹਨਾਂ ਪਹਿਲੂਆਂ 'ਤੇ ਕਈ ਮਸਲਿਆਂ 'ਤੇ ਬੋਲਦੇ ਨਹੀਂ ਜਿਹਦੇ ਉੱਤੇ ਉਹਨੂੰ ਲੱਗਦਾ ਕਿ ਧਰਨਾ ਪ੍ਰਦਰਸ਼ਨ ਹੋ ਸਕਦਾ। ਪਰ ਜਦੋਂ ਹੁਣ ਤੁਸੀਂ ਭਾਸ਼ਾ ਦੇ ਮਸਲੇ 'ਤੇ ਦੇਖੋਗੇ ਤਾਂ ਭਾਸ਼ਾ ਦੇ ਮਸਲੇ 'ਤੇ ਪੰਜਾਬ ਸਾਰਾ ਇੱਕ ਸੁਰ ਦੇ ਵਿੱਚ ਹੈ, ਔਰ ਮਾਂ ਬੋਲੀ ਨੂੰ ਅਪਣਾ ਚੁੱਕਿਆ, ਔਰ ਗਾਹਾਂ ਵੱਧ ਚੁੱਕਿਆ। ਔਰ ਇਹ ਬੜੀ ਅੱਛੀ ਡਿਵੈਲਪਮੈਂਟ ਹੈ ਕਿ ਇਹਦੇ 'ਚੋਂ ਸਪੈਸ਼ਲੀ ਖਾਸ ਕਰਕੇ ਨਵੀਂ ਜਨਰੇਸ਼ਨ 'ਚੋਂ ਜੀ ਬਿਲਕੁਲ ਹੁਣ ਨਵੀਂ ਤਰ੍ਹਾਂ ਦੀ ਜਨਰੇਸ਼ਨ ਆ ਰਹੀ ਹੈ ਜਿਹੜੀ ਲੈਂਗੁਏਜ ਨੂੰ ਹੁਣ ਰਿਲੀਜਨ ਦੇ ਬੇਸ 'ਤੇ ਨਹੀਂ ਦੇਖਦੀ, ਹੈ ਨਾ। ਕਿਉਂਕਿ ਇਹ ਪ੍ਰੋਬਲਮ ਸ਼ਾਇਦ ਸਾਊਥ ਇੰਡੀਆ 'ਚ ਨਹੀਂ ਸੀ, ਨਹੀਂ ਸੀਗੀ, ਇਹ ਪ੍ਰੋਬਲਮ ਬੰਗਾਲ 'ਚ ਨਹੀਂ ਸੀਗੀ, ਇਹ ਪ੍ਰੋਬਲਮ ਮਹਾਰਾਸ਼ਟਰ 'ਚ ਨਹੀਂ ਹੋਏਗੀ, ਪਰ ਇਹ ਬੜੀ ਯੂਨੀਕ ਪ੍ਰੋਬਲਮ ਸੀ ਇਹ ਨੌਰਥ ਇੰਡੀਆ 'ਚ ਜੀ। ਔਰ ਇਹਦੇ 'ਚੋਂ ਹੁਣ ਅਸੀਂ ਜਿਹੜੇ ਨਿਕਲ ਕੇ ਇੱਕ ਨਵੀਂ ਜਨਰੇਸ਼ਨ ਆ ਰਹੀ ਹੈ, ਅਤੇ ਇਹ ਮੇਰਾ ਖਿਆਲ ਹੈ ਜਿੱਥੇ ਪੰਜਾਬ ਵਾਸਤੇ ਚੰਗੀ ਹੈ ਉੱਥੇ ਇਹ ਦੂਜਿਆਂ ਸੂਬਿਆਂ ਵਾਸਤੇ ਜਿੱਥੇ ਆਪਣੀ ਲੈਂਗੁਏਜ ਨੂੰ ਲੈ ਕੇ ਥੋੜ੍ਹਾ ਕੰਪਲੈਕਸ ਅਜੇ ਵੀ ਨਹੀਂ ਭਾਅ ਜੀ, ਮਤਲਬ ਕਿ ਇਹ ਫਿਕਰਮੰਦੀ ਜ਼ਰੂਰ ਹੈਗੀ ਆ ਅਜੇ ਵੀ, ਕਿਉਂਕਿ ਉਹ ਇਕੱਲੇ ਇੱਧਰ ਨਹੀਂ, ਆਰ ਅਤੇ ਪਰ ਦੋਵੇਂ ਪਾਸੇ ਹੈ, ਲਹਿੰਦੇ ਪੰਜਾਬ 'ਚ ਵੀ ਔਰ ਚੜ੍ਹਦੇ ਪੰਜਾਬ 'ਚ ਵੀ, ਦੋਵੇਂ ਪਾਸੇ ਭਾਸ਼ਾ ਨੂੰ ਮਾਰ ਕੇ ਇੱਕ ਕੌਮੀ ਭਾਸ਼ਾ ਦੇ ਨਾਂ ਦੇ ਉੱਤੇ ਦੂਜੀ ਭਾਸ਼ਾ ਥੋਪਣ ਦੀ ਸਰਕਾਰੀਆਂ ਕੋਸ਼ਿਸ਼ਾਂ ਜਾਰੀ ਨੇ, ਉਹ ਦੋਵੇਂ ਪਾਸੇ ਨੇ। ਉੱਥੇ ਵੀ ਉਹ ਉਰਦੂ ਦੇ ਸਾਹਮਣੇ ਉਹਨਾਂ ਲੜਾਈ ਲੜਨੀ ਪੈ ਰਹੀ ਹੈ, ਇੱਥੇ ਵੀ ਸਾਨੂੰ ਹਿੰਦੀ ਦੇ ਸਾਹਮਣੇ ਲੜਾਈ ਲੜਨੀ ਪੈ ਰਹੀ ਹੈ। ਸੋ ਇਸ ਲਈ ਉਹ ਸਰਕਾਰੀ ਚਾਲਾਂ ਨੇ ਕਿ ਉਹ ਸਾਰਾ ਕੁਛ ਇੱਕੋ ਖਾਤੇ 'ਚ ਪਾਉਣਾ ਚਾਹੁੰਦੇ ਨੇ, ਪਰ ਪੰਜਾਬ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਹੈਗਾ। ਸੋ ਨਾ ਪਹਿਲਾਂ ਸੀ ਨਾ ਹੁਣ ਹੈ, ਹਾਂ ਕਿਸੇ ਸਮੇਂ ਉਹ ਮਤਲਬ ਕਿ ਹੋਇਆ ਇਹ ਧੱਕੇਸ਼ਾਹੀ, ਪਰ ਹੁਣ ਨਹੀਂ ਚੱਲੂਗੀ, ਔਰ ਹੁਣ ਇਹਦੇ ਵਿੱਚੋਂ ਬਿਲਕੁਲ ਅਸੀਂ ਬਾਹਰ ਹਾਂ। ਅਤੇ ਕਿਤੇ ਨਾ ਕਿਤੇ ਉਹਦੇ ਵਿੱਚ ਗਾਇਕੀ ਦਾ, ਉਹਦੇ ਵਿੱਚ ਬਾਣੀ ਦਾ, ਉਹਦੇ ਵਿੱਚ ਗੁਰਬਾਣੀ ਦਾ, ਉਹਦੇ ਵਿੱਚ ਸਾਡੇ ਸਾਹਿਤਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਸਾਨੂੰ ਇਹਦੇ ਵਿੱਚੋਂ ਬਾਹਰ ਕੱਢਿਆ। ਔਰ ਮੇਨ ਗੱਲ ਹੈ ਅਵੇਅਰਨੈਸ, ਹਾਂ ਚੇਤਨਤਾ ਬਹੁਤ ਬਹੁਤ, ਔਰ ਖਾਸ ਕਰ ਜਦੋਂ
ਪੰਜਾਬੀ ਡਾਇਸਪੋਰਾ ਜਿਹੜੀ ਪੰਜਾਬੀ ਕਮਿਊਨਿਟੀ ਬਾਹਰ ਦੁਨੀਆ ਭਰ 'ਚ ਗਈ, ਇਹਨੇ ਵੀ ਸਿਚੁਏਸ਼ਨ ਬਦਲਣ 'ਚ ਯੋਗਦਾਨ ਪਾਇਆ। ਕਿਉਂਕਿ ਇਹਦੇ 'ਚ ਹੋਇਆ ਕੀ ਹੈ ਕਿ ਹੁਣ ਬਹੁਤ ਸਾਰੇ ਬੰਦੇ ਇਹੋ ਜਿਹੇ ਮਿਲਦੇ ਨੇ ਜਿਹੜੇ ਮੰਨਿਆ ਦਿੱਲੀ 'ਚ ਰਹਿੰਦੇ ਸੀ ਪਹਿਲਾਂ, ਜਿਹੜੇ ਦਿੱਲੀ 'ਚ ਪੰਜਾਬੀ ਉਹ ਕਹਿੰਦੇ ਅਸੀਂ ਬੋਲਦੇ ਨਹੀਂ ਸੀ, ਸਾਨੂੰ ਲੋੜ ਹੀ ਨਹੀਂ ਸੀ ਪੈਂਦੀ, ਇੱਥੇ ਆ ਕੇ ਅਸੀਂ ਮਤਲਬ ਜ਼ਿਆਦਾ ਕੌਨਫੀਡੈਂਸ ਨਾਲ ਪੰਜਾਬੀ ਬੋਲਣ 'ਤੇ ਲੱਗ ਗਏ, ਪੰਜਾਬੀ ਉਹਨਾਂ ਦੀ ਸੁਧਰ ਗਈ। ਬਲਕਿ ਜਦੋਂ ਹੁਣ ਉਹ ਕਹਿੰਦੇ ਅਸੀਂ ਜਾਂਦੇ ਹਾਂ ਵਾਪਸ, ਅਤੇ ਅਸੀਂ ਜ਼ਿਆਦਾ ਕੌਨਫੀਡੈਂਸ ਨਾਲ ਸਹਿਜ ਹੋ ਕੇ ਆਪਣੀ ਲੈਂਗੁਏਜ 'ਚ ਗੱਲ ਕਰਦੇ। ਇਹ ਜਿਹੜਾ ਪਹਿਲਾਂ ਵਾਲਾ ਇੱਕ ਬਣਿਆ ਹੋਇਆ ਸੀ ਵੀ ਜੇ ਅਸੀਂ ਕੋਈ ਫੋਰਮਲ ਮਾਹੌਲ 'ਚ ਬੋਲਣਾ ਅਤੇ ਉੱਥੇ ਸ਼ਾਇਦ ਕਿਸੇ ਸਾਨੂੰ ਹੋਰ ਲੈਂਗੁਏਜ 'ਚ ਬੋਲਣਾ ਚਾਹੀਦਾ, ਅਤੇ ਉਹ ਚੀਜ਼ ਇਹਨੇ ਵੀ ਕਹਿੰਦੇ ਯੋਗਦਾਨ। ਭਾਜੀ ਤੁਸੀਂ ਦਿੱਲੀ ਤੋਂ ਬਾਹਰ ਆਉਣ ਦੀ ਗੱਲ ਕਰਦੇ, ਮੈਂ ਦਿੱਲੀ ਦੀ ਉਹ ਗੱਲ ਕਰਦਾ। ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਕਿੰਨੇ ਪਰਿਵਾਰ ਅੰਦੋਲਨ ਦੇ ਵਿੱਚੋਂ ਉੜਿਆੜੇ ਵਾਲੇ ਕਾਇਦੇ ਲੈ ਕੇ ਗਏ ਸਾਥੋਂ ਕਿ ਸਾਡੇ ਜਵਾਕਾਂ ਨੂੰ ਅਸੀਂ ਹੁਣ ਸਿਖਾਉਣੀ ਆ, ਔਰ ਉਹ ਸਾਰੀ ਬਾਣੀਆਂ ਕਲਾਸ ਵਪਾਰੀ ਕਲਾਸ ਦੇ ਵਰਗ ਜ਼ਿਆਦਾਤਰ ਉੱਥੇ ਆਇਆ, ਜਿਹੜਾ ਆਪਣਾ ਯੋਗਦਾਨ ਵੀ ਪਾਉਣਾ ਆਉਂਦਾ ਸੀ ਆਪਣੀ ਸਮਰੱਥਾ ਅਨੁਸਾਰ। ਉਹ ਤੋਂ ਬਾਅਦ ਉਹਨਾਂ ਬੱਚਿਆਂ ਨੂੰ, ਮਤਲਬ ਕਿ ਉਹ ਬੱਚਿਆਂ ਨੂੰ ਵੀ ਮਾਣ ਮਹਿਸੂਸ ਹੈ ਕਿ ਅਸੀਂ ਅੱਛਾ ਇਸ ਪੰਜਾਬ ਦੇ ਹਾਂ, ਅਸੀਂ ਸਾਡਾ ਪਿਛੋਕੜ ਇਸ ਪੰਜਾਬ ਤੋਂ ਜਿਹੜਾ ਐਂ ਲੜ ਸਕਦਾ। ਇਸ ਲਈ ਦਿੱਲੀ 'ਚ ਵੀ ਇਹ ਬਦਲਿਆ, ਲੋਕ ਮਾਣ ਨਾਲ ਦੱਸਦੇ ਸੀਗੇ ਕਿ ਹਾਂ ਅਸੀਂ ਪਿਛੋਕੜ ਪੰਜਾਬੀ ਹਾਂ ਜੀ, ਸਾਡਾ ਦਾਦਾ ਆ ਗਿਆ ਸੀ ਉੱਥੋਂ, ਜਾਂ ਅਸੀਂ ਭਾਰਤ ਤੋਂ ਆਏ ਸੀ, ਜਾਂ ਅਸੀਂ ਉੱਥੋਂ ਉੱਠ ਕੇ ਕਾਰੋਬਾਰ ਲਈ ਆਏ ਹਾਂ। ਸੋ ਇਹ ਉੱਥੇ ਵੀ ਬਦਲਿਆ ਅਤੇ ਇੱਧਰ ਵੀ ਆ ਕੇ ਬਿਲਕੁਲ। ਔਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਮੈਂ ਇਸੇ ਗੱਲ 'ਤੇ ਆਉਣਾ ਚਾਹੁੰਦਾ ਸੀਗਾ ਕਿ ਹਾਂ ਜਦੋਂ ਇੱਥੇ ਬੰਦਾ ਦੂਸਰੀ ਦੁਨੀਆ 'ਚ ਆਉਂਦਾ ਤਦ ਉਹ ਆਪਣੇ ਚਿਹਰੇ ਲੱਭਦਾ, ਆਪਣਾਪਣ ਲੱਭਦਾ, ਔਰ ਆਪਣੇ ਚਿਹਰਿਆਂ ਨੂੰ ਆਪਣਿਆਂ ਨੂੰ ਲੱਭਣ ਦੇ ਵਿੱਚ ਫਿਰ ਉਹਨੂੰ ਮੈਨੂੰ ਲੱਗਦਾ ਭਾਸ਼ਾ ਸਭ ਤੋਂ ਵੱਧ ਸਹਾਈ ਹੁੰਦੀ ਆ ਸਾਨੂੰ। ਅਤੇ ਇੱਥੇ ਅਸੀਂ ਤਰਸ ਜਾਂਦੇ ਹਾਂ ਕਈ ਵਾਰ, ਮਤਲਬ ਕਿ ਇਸ ਸੰਸਾਰ 'ਚ ਆ ਕੇ ਕਿ ਹਾਂ ਮੈਨੂੰ ਆਪਣੀ ਬੋਲੀ ਵਾਲਾ ਬੰਦਾ ਮਿਲ ਜਾਵੇ, ਤਾਂ ਉਹ ਫਿਰ ਟੁੱਟਦੀ ਹੈ। ਅਤੇ ਇਸ ਲਈ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਉਸ ਨੂੰ ਇਹ ਅੰਤਰਰਾਸ਼ਟਰੀ ਪੱਧਰ 'ਤੇ ਜਾਂ ਦੂਸਰੇ ਮੁਲਕਾਂ 'ਚ ਆ ਕੇ ਵੀ ਦੁਨੀਆ ਭਰ ਤੋਂ ਆ ਕੇ ਲੋਕਾਂ ਨੇ ਵਾਪਸ ਆਪਣੀ ਬੋਲੀ ਨੂੰ ਅਪਣਾਇਆ ਅਤੇ ਵਾਪਸ ਘਰਾਂ ਨੂੰ ਮੁੜ ਕੇ ਆ, ਫਿਰ ਉਹ ਮਾਣ ਮਹਿਸੂਸ ਕਰਦੇ ਨੇ ਕਿ ਹਾਂ, ਔਰ ਇਹ ਚੰਗਾ ਪਹਿਲੂ ਹੈ ਜੀ। ਅਤੇ ਦੀਪਕ ਜੀ, ਹੁਣ ਜਾਂਦੇ ਜਾਂਦੇ ਆਖਰ ਦੇ 'ਚ, ਜਿਹੜਾ ਪੰਜਾਬ ਐਸਾ ਹੀ ਇੱਕੋ ਇੱਕ ਜੁਰਿਸਡਿਕਸ਼ਨ ਹੈ ਵਰਲਡ 'ਚ ਜਿੱਥੇ ਪੰਜਾਬੀ ਇੱਕ ਅਫੀਸ਼ੀਅਲ ਲੈਂਗੁਏਜ ਦਾ ਸਟੈਟਸ ਹੈ ਉਹਨੂੰ, ਪਰ ਉਹ ਕੋਈ ਇੰਨਾ ਈਜ਼ੀ ਕੰਮ ਨਹੀਂ ਸੀ ਉਹਦੇ 'ਚ ਵੀ ਕੋਈ ਮਤਲਬ ਹਾਲੇ ਉਹ 100% ਜਿਸ ਤਰ੍ਹਾਂ ਹੋਣਾ ਚਾਹੀਦਾ ਉਵੇਂ ਨਹੀਂ ਹੋਇਆ। ਜਿਵੇਂ ਸਾਡੇ ਇੱਥੇ ਕਿਬੈਕ ਹੈ, ਕਿਬੈਕ 'ਚ ਬਹੁਤ ਉਹਨਾਂ ਨੇ ਸਖਤੀ ਨਾਲ ਆਪਣਾ ਫ੍ਰੈਂਚ ਲੈਂਗੁਏਜ ਵਾਲਾ ਜਿਹੜਾ ਮੈਂਡੇਟ ਹੈ ਲਾਗੂ ਕੀਤਾ ਹੋਇਆ, ਪਰ ਜਿਹੜੀਆਂ ਇੰਡੀਅਨ ਸੁਸਾਇਟੀਜ਼ ਨੇ ਉੱਥੇ, ਕਿਉਂਕਿ ਕਲੋਨੀਅਲ ਪਾਸਟ ਹੈ ਅਤੇ ਜਿਹੜੇ ਬਿਊਰੋਕਰੈਟਸ ਨੇ ਉਹਨਾਂ ਨੂੰ ਇੰਗਲਿਸ਼ ਦਾ ਕੰਪਲੈਕਸ ਨਹੀਂ ਨਿਕਲਦਾ, ਅਤੇ ਕੋਰਟਾਂ 'ਚ ਅਜੇ ਵੀ ਉਹ ਉਰਦੂ ਫਾਰਸੀ ਵਾਲੇ ਪੁਰਾਣੇ ਅਰਬੀ ਵਾਲੇ ਸ਼ਬਦ ਜਿਹੜੇ ਉਹਨਾਂ ਨੂੰ ਲਿਖਣ ਵਾਲੇ ਨੂੰ ਆਪ ਨਹੀਂ ਸਮਝ ਆ ਰਹੇ, ਜਿਹੜੀਆਂ ਜਿਹੜੇ ਜ਼ਮੀਨਾਂ ਦੀਆਂ ਰਜਿਸਟਰੀਆਂ ਨੇ, ਈਵਨ ਮੈਂ ਪੁਲਿਸ FIR ਕਈ ਵਾਰ ਦੇਖਦਾ, ਉਹ ਸਮਝ ਨਹੀਂ ਆਉਂਦਾ ਵੀ ਉਹਨਾਂ ਨੇ ਇਹੋ ਜਿਹੀ ਭਾਸ਼ਾ 'ਚ ਕਿਉਂ ਲਿਖੀਆਂ ਨੇ ਉਹ, ਜਿਹੜੀਆਂ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀਆਂ। ਸੋ ਉਸ ਨੂੰ ਲਾਗੂ ਕਰਨ ਲਈ ਹੁਣ ਕੀ ਪ੍ਰੋਗਰੈਸ ਹੋ ਰਹੀ ਹੈ? ਭਾਅ ਜੀ, ਅਸਲ 'ਚ ਕਹਾਣੀ ਇਹ ਹੈ ਕਿ ਸੁਰਜੀਤ ਪਾਤਰ ਜੀ ਹੋਰ ਇੱਕ ਗੱਲ ਅਕਸਰ ਕਹਿੰਦੇ ਹੁੰਦੇ ਆ ਕਿ ਭਾਸ਼ਾ ਇੱਕ ਵਹਿੰਦੇ ਦਰਿਆ ਵਰਗੀ ਹੈ, ਉਸ ਨੇ ਕਿੰਨਾ ਕੁਛ ਕਿਨਾਰਿਆਂ ਤੋਂ ਨਾਲ ਲੈ ਲੈਣਾ ਹੁੰਦਾ ਔਰ ਕਿੰਨਾ ਕੁਛ ਕਿਨਾਰਿਆਂ 'ਤੇ ਛੱਡ ਜਾਣਾ ਹੁੰਦਾ। ਪਰ ਇਹ ਸਥਿਤੀ ਦੇ ਵਿੱਚ ਜਦੋਂ ਨਵੇਂ ਸ਼ਬਦ ਕਿਸੇ ਹੋਰ ਭਾਸ਼ਾ ਦੇ, ਕਿਸੇ ਸਮੇਂ ਫਾਰਸੀ, ਉਰਦੂ, ਹੈ ਨਾ, ਇਹ ਸਾਰੀਆਂ ਸਾਡੇ 'ਤੇ ਹਾਵੀ ਰਹੀਆਂ ਜਾਂ ਸਾਡੇ 'ਚ ਸ਼ਾਮਿਲ ਹੁੰਦੀਆਂ ਰਹੀਆਂ, ਅੱਜ ਅੰਗਰੇਜ਼ੀ ਅਤੇ ਹਿੰਦੀ ਉਸ ਤਰ੍ਹਾਂ ਸ਼ਾਮਿਲ ਹੁੰਦੀ ਜਾ ਰਹੀ ਆ। ਸੋ ਇਸ ਲਈ ਇਹਦਾ ਮਤਲਬ ਇਹ ਨਹੀਂ ਗਾ ਕਿ ਸਾਨੂੰ ਇਹ ਲੱਗਣਾ ਲੱਗ ਜਾਵੇ ਕਿ ਹਾਂ ਅਸੀਂ ਗਲਤ ਹਾਂ, ਪਰ ਉਹ ਸਮੇਂ ਦੇ ਹਿਸਾਬ ਨਾਲ ਬਦਲਣਾ ਜ਼ਰੂਰੀ ਹੈ। ਜਿਵੇਂ ਤੁਸੀਂ ਗੱਲ ਕੀਤੀ, ਚਾਹੇ ਉਹ FIR ਆ ਜਾਂ ਉਹ ਰਜਿਸਟਰੀਆਂ ਨੇ ਸਾਡੀਆਂ, ਉਹ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਅਸੀਂ ਰਜਿਸਟਰੀਆਂ ਦੇ ਵਿੱਚ ਉਹ ਭਾਰੀ ਸ਼ਬਦ ਜਾਂ ਜਿਹੜੇ ਸਮਝ ਨਹੀਂ ਆਉਂਦੇ ਉਹ ਸ਼ਬਦਾਂ ਨੂੰ ਬਦਲ ਕੇ ਆਮ ਬੋਲਚਾਲ ਵਾਲੀ ਭਾਸ਼ਾ ਵਾਲੇ ਸ਼ਬਦ ਸ਼ਾਮਿਲ ਕਰਾਂਗੇ। ਸੋ ਇਸ ਲਈ ਇੱਕ ਚੰਗੀ ਇਸੇ ਤਰ੍ਹਾਂ FIR ਦੇ ਵਿੱਚ ਹੋ ਜਾਣਾ ਚਾਹੀਦਾ। ਪਰ ਇਹਦੇ ਵਿੱਚ ਇੱਕ ਪਹਿਲੂ ਇਹ ਜ਼ਰੂਰ ਹੈਗਾ ਕਿ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਵੀ ਇਸ ਪਹਿਲੂ 'ਤੇ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਸਾਡੇ ਵਿਆਹਾਂ ਦੇ ਕਾਰਡ, ਸਾਡੇ ਭੋਗਾਂ ਦੇ ਕਾਰਡ, ਸਾਡੇ ਦੁਕਾਨਾਂ ਦੇ ਬੋਰਡ ਅਸੀਂ ਅਜੇ ਵੀ ਨਹੀਂ ਬਦਲੇ, ਜਦੋਂ ਕਿ ਸਾਡੇ ਉੱਥੇ ਅੰਗਰੇਜ਼ਾਂ ਨੇ ਥੋੜ੍ਹਾ ਸ਼ੋਪਿੰਗ ਕਰਨ ਆਉਣਾ, ਦੁਕਾਨ 'ਤੇ ਖਰੀਦਦਾਰੀ ਕਰਨ ਅੰਗਰੇਜ਼ਾਂ ਨੇ ਤਾਂ ਨਹੀਂ ਆਉਣਾ, ਪਰ ਅਸੀਂ ਆਪਣੇ ਮਹਾਰ ਆਪ ਮਹਾਰੀ ਸਾਨੂੰ ਲੱਗਦਾ ਕਿ ਨਾ ਅੰਗਰੇਜ਼ੀ ਹੀ ਲਿਖੀਏ, ਉਹਦੇ ਉੱਤੇ ਵੀ ਤਬਦੀਲੀ ਦੀ ਲੋੜ ਹੈ। ਪਰ ਜਿੱਥੋਂ ਤੱਕ ਰਜਿਸਟਰੀਆਂ ਵਾਲੀ ਪਹਿਲਕਦਮੀ ਹੈ, ਮੈਨੂੰ ਲੱਗਦਾ ਕਿ ਇਹਦੇ ਨਾਲ ਕੰਮਕਾਜ ਸੌਖਾ ਹੋ ਜਾਣਾ। ਪਰ ਇਹ ਤੋਂ ਵੀ ਅੱਗੇ ਇੱਕ ਕੰਮ ਕਰਨਾ ਬਹੁਤ ਜ਼ਰੂਰੀ ਹੈ, ਉਹ ਪੰਜਾਬ ਦੇ ਹਿੱਤ 'ਚ ਵੀ ਹੈ, ਲੋਕਾਂ ਦੇ ਹਿੱਤ 'ਚ ਵੀ ਹੈ। ਭਾਅ ਜੀ, ਸਾਡੇ ਜਿਹੜੇ ਸਕੂਲੀ ਸਿੱਖਿਆ ਉਹਦਾ 5ਵੀਂ ਤੱਕ ਦਾ ਮਾਧਿਅਮ ਪੰਜਾਬੀ 'ਚ ਹੋਣਾ ਚਾਹੀਦਾ ਹੈ ਆਪਣੀ, ਮਤਲਬ ਮੈਂ ਕਹਿੰਦਾ ਪੂਰੇ ਮੁਲਕ ਦੇ ਵਿੱਚ। ਜਿਹੜਾ ਵੀ UNO ਦਾ ਸਰਵੇ ਕਹਿੰਦਾ ਕਿ ਜਿਹੜਾ ਜਵਾਕ ਪ੍ਰਾਇਮਰੀ ਤੱਕ ਦੀ ਸਿੱਖਿਆ ਆਪਣੀ ਬੋਲੀ 'ਚ ਲੈਂਦਾ, ਉਹ ਬਾਅਦ 'ਚੋਂ ਹੋਰ ਬੋਲੀਆਂ ਆਸਾਨੀ ਨਾਲ ਸਿੱਖ ਲੈਂਦਾ। ਸੋ ਇੱਕ ਤਾਂ ਮਾਧਿਅਮ, ਦੂਸਰਾ ਸਾਨੂੰ ਇਨਸਾਫ ਆਪਣੀ ਭਾਸ਼ਾ 'ਚ ਮਿਲਣਾ ਚਾਹੀਦਾ। ਰਾਹੁਲ ਗਾਂਧੀ ਨੂੰ ਜਦੋਂ ਮੈਂਬਰੀ ਖਤਮ ਕਰਨੀ ਗੁਜਰਾਤ ਕੋਰਟ ਨੇ ਫੈਸਲਾ ਸੁਣਾਇਆ, ਤਾਂ ਉਹ 70-80 ਪੰਨਿਆਂ ਦਾ ਫੈਸਲਾ ਗੁਜਰਾਤੀ ਭਾਸ਼ਾ 'ਚ ਸੀ, ਅਤੇ ਜਿਹੜੇ ਕਹਿੰਦੇ ਭਾਸ਼ਾ 'ਚ ਰੁਜ਼ਗਾਰ ਨਹੀਂ ਮਿਲਦਾ, ਹੁਣ ਰਾਹੁਲ ਗਾਂਧੀ ਨੂੰ ਅਨੁਵਾਦ ਕਰਨ ਕੋਈ ਗੁਜਰਾਤੀ ਦਾ ਲੱਭਣਾ ਪਊਗਾ ਨਾ। ਸੋ ਇਸ ਲਈ ਜੇਕਰ ਅਦਾਲਤੀ ਕੰਮ ਸਾਡਾ ਪੰਜਾਬੀ 'ਚ ਹੋਣ ਲੱਗ ਜਾਵੇ ਤਾਂ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਣਾ, ਚਾਹੇ ਉਹ ਵਕੀਲਾਂ ਦੇ ਨਾਲ, ਚਾਹੇ ਉਹ ਫੈਸਲਾ ਲਿਖਣ ਦੇ ਸਮੇਂ। ਸੋ ਇਸ ਲਈ ਸਾਨੂੰ ਪੜ੍ਹਾਈ ਅਤੇ ਇਨਸਾਫ ਦੋ ਆਪਣੀ ਬੋਲੀ 'ਚ ਮਿਲਣੀਆਂ ਚਾਹੀਦੀਆਂ ਨੇ। ਇਹਦੇ ਉੱਤੇ ਵੀ ਜੇਕਰ ਸਰਕਾਰਾਂ ਗੌਰ ਕਰਨ ਤਾਂ ਅਹਿਮ ਹੋ ਸਕਦਾ।
ਮੈਂ ਬੀਜ ਬਣ ਉਗਾਵਾਂ ਗਾਹ ਪੰਜਾਬੀ ਨੂੰ, ਉਹ ਦੀਵੇ ਵਾਂਗ ਬੁਝਾਉਣਾ ਚਾਹੁੰਦੇ ਪੰਜਾਬੀ ਨੂੰ, ਮੈਂ ਲਾਟ ਬਣ ਰੁਸ਼ਨਾਵਾਂ ਗਾਹ ਪੰਜਾਬੀ ਨੂੰ, ਮਾਂ ਬੋਲੀ ਦੇ ਕਰਜ਼ ਬੜੇ ਨੇ ਮੇਰੇ ਸਿਰ, ਮੈਂ ਪੁੱਤ ਬਣ ਸੰਭਾਲਾਂ ਗਾਹ ਪੰਜਾਬੀ ਨੂੰ, ਮੈਂ ਪੁੱਤ ਬਣ ਸੰਭਾਲਾਂ ਗਾਹ ਪੰਜਾਬੀ ਨੂੰ। ਹਰ ਪੁੱਤ ਨੂੰ ਇਹ ਸਮਝਣਾ ਚਾਹੀਦਾ ਜੀ। ਬਹੁਤ ਅੱਛਾ ਜੀ, ਬਹੁਤ ਅੱਛਾ। ਇਸੇ ਭਾਵਨਾ ਨਾਲ ਜਿਹੜਾ ਹੈ ਚੀਜ਼ਾਂ ਠੀਕ ਹੁੰਦੀਆਂ ਨੇ, ਜਿਹੜੀਆਂ ਲੈਂਗੁਏਜ ਨੇ ਦੁਨੀਆਂ ਭਰ 'ਚ, ਸਾਰੀਆਂ ਲੈਂਗੁਏਜ, ਬਿਲਕੁਲ ਅਸੀਂ ਪੰਜਾਬੀ ਦੀ ਗੱਲ ਕਰ ਰਹੇ, ਹਰ ਬੰਦੇ ਦੀ ਜਿਹੜੀ ਆਪਣੀ ਲੈਂਗੁਏਜ ਹੈ ਉਹਦੇ ਬਾਰੇ, ਉਹਦੇ ਨਾਲ ਉਹਦਾ ਰਿਸ਼ਤਾ ਬੜਾ ਸਹਿਜ ਹੋਣਾ ਚਾਹੀਦਾ, ਸਹਿਜ ਹੋਣਾ ਚਾਹੀਦਾ, ਉਹਦੇ 'ਚ ਕੋਈ ਕੰਪਲੈਕਸ ਨਹੀਂ ਹੋਣਾ ਚਾਹੀਦਾ, ਮਾਣ ਹੋਣਾ ਚਾਹੀਦਾ। ਇਹ ਕੰਪਲੈਕਸ ਵੈਸੇ ਇਕੱਲਾ ਪੰਜਾਬ 'ਚ ਹੀ ਨਹੀਂ ਹੈ ਜੀ, ਪੂਰੇ ਇੰਡੀਅਨ ਸਬ ਕੰਟੀਨੈਂਟ ਦੀ ਪ੍ਰੋਬਲਮ, ਬਿਲਕੁਲ ਇਹ ਪ੍ਰੋਬਲਮ ਆਪਾਂ ਨੂੰ ਲੱਗਦਾ ਕਈ ਵਾਰੀ ਸ਼ਾਇਦ ਪੰਜਾਬ 'ਚ ਹੀ ਪ੍ਰੋਬਲਮ ਹੈ, ਬਾਕੀ ਸੂਬਿਆਂ 'ਚ ਵੀ ਇਹ ਪ੍ਰੋਬਲਮ, ਉੱਥੇ ਵੀ ਇਹ ਕੰਪਲੈਕਸ ਹੈ ਕਿਉਂਕਿ ਉਹ ਜਿਹੜਾ ਕਲੋਨੀਅਲ ਰਾਜ ਇੰਨੇ ਦੇਰ ਰਿਹਾ ਉਹਨੇ ਇਹ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ, ਬਿਲਕੁਲ। ਸੋ ਉਹਦੇ 'ਚੋਂ ਨਿਕਲਣ ਵਾਸਤੇ ਪੰਜਾਬ ਤਾਂ ਮੈਂ ਕਹਿੰਦਾ ਸਭ ਤੋਂ ਸਗੋਂ ਇੱਕ ਲੀਡਿੰਗ ਰੋਲ ਪਲੇ ਕਰ ਰਿਹਾ ਹੁਣ, ਕਰ ਸਕਦਾ ਕਰ ਵੀ ਰਿਹਾ ਜੀ। ਇਹ ਸਾਰਾ ਜਿਹੜਾ ਸਬ ਕੰਟੀਨੈਂਟ ਦੇ ਲੋਕ ਆਪਣੇ ਉਸ ਕੰਪਲੈਕਸ 'ਚੋਂ ਨਿਕਲ ਕੇ ਥੋੜ੍ਹਾ ਕੌਨਫੀਡੈਂਟ ਇਨਸਾਨ ਬਣਨ ਆਪਣੇ ਲੈਂਗੁਏਜ ਬਾਰੇ, ਆਪਣੇ ਕਲਚਰ ਬਾਰੇ, ਅਤੇ ਇੱਕ ਜਿਹੜਾ ਇੰਪਾਵਰਡ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ ਉਹ ਤਦ ਹੀ ਬਣ ਸਕਦਾ ਜੇ ਇਸ ਪਾਸੇ ਨੂੰ ਅਸੀਂ ਕੰਮ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਭਾਅ ਜੀ ਤੁਹਾਡਾ ਵੀ, ਸਰੋਤਿਆਂ ਦਾ ਵੀ।